ਸਲੋਕ ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿੱਚ ਖੋਟ ਟਿੱਕਿਆ ਰਹਿੰਦਾ ਹੈ, ਇਸ ਲਈ ਉਸਨੂੰ ਸਦਾ ਆਤਮਕ ਕਲੇਸ਼ ਰਹਿੰਦਾ ਹੈ। ਉਸਦੀ ਸੁਰਤ ਪ੍ਰਭੂ ਵਿੱਚ ਨਹੀਂ ਜੁੜਦੀ। ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ। ਉਸ ਮਨੁੱਖ ਦੀ ਸਾਰੀ ਕਿਰਤਕਾਰ ਦੁੱਖ ਕਲੇਸ਼ ਵਿੱਚ ਹੀ ਹੁੰਦੀ ਹੈ। ਹਰ ਵੇਲੇ ਉਸਨੂੰ ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰ ਲੋਕ ਵਿੱਚ ਵੀ ਉਸਦੇ ਵਾਸਤੇ ਕਲੇਸ਼ ਹੀ ਹੈ। ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ। ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਸਦਾ ਤਿਰ ਹਰ ਨਾਮ ਵਿੱਚ ਉਸਦੀ ਲਗਨ ਲੱਗ ਜਾਂਦੀ ਹੈ। ਨਾਨਕ ਸਹਿਜੇ ਸੁੱਖ ਹੋਏ, ਅੰਦਰੋਂ ਭ੍ਰਮ ਭੋ ਭਾਗੈ। ਹੇ ਨਾਨਕ, ਆਤਮਕ ਅਡੋਲਤਾ ਵਿੱਚ ਟਿਕਣ ਕਰਕੇ ਉਸਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ ਅਤੇ ਉਸਦੇ ਮਨ ਵਿੱਚੋਂ ਭਟਕਣਾ ਦੂਰ ਹੋ ਜਾਂਦੀ ਹੈ, ਸਹਿਮ ਦੂਰ ਹੋ ਜਾਂਦਾ ਹੈ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਹੇ ਭਾਈ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸਦੇ ਅੰਦਰ ਸਦਾ ਪ੍ਰਭੂ ਦੇ ਨਾਮ ਦੀ ਰੰਗਤ ਚੜੀ ਰਹਿੰਦੀ ਹੈ। ਉਸਨੂੰ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁੱਖ ਪਾਇਆ। ਉਹ ਮਨੁੱਖ ਹਰ ਥਾਂ ਪ੍ਰਭੂ ਨੂੰ ਹੀ ਵੇਖਦਾ ਹੈ, ਸਦਾ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ। ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੋਝ ਦਾ ਚਾਨਣ ਹੋ ਜਾਂਦਾ ਹੈ, ਜਿਸ ਦੀ ਬਰਕਤ ਨਾਲ ਉਸਦੇ ਅੰਦਰੋਂ ਸਹੀ ਜੀਵਨ ਦੀ ਸੋਝ ਵਜੋਂ ਬੇਸਮਝੀ ਦਾ ਕੁੱਪ ਹਨੇਰਾ ਮੁੱਕ ਜਾਂਦਾ ਹੈ। ਮਹੱਲਾ ਤੀਜਾ। ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮਨਮੁੱਖ ਮੇਲੇ ਮਰ ਹੈ ਗਵਾਰ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਅਤੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰਮੁਖ ਨਿਰਮਲ ਹਰ ਰਾਖਿਆ ਔਰ ਧਾਰ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਿਆ ਹੁੰਦਾ ਹੈ। ਭਣਤ ਨਾਨਕ ਸੁਣੋ ਜਨ ਭਾਈ। ਨਾਨਕ ਆਖਦਾ ਹੈ, ਹੇ ਭਾਈ ਸੁਣੋ, ਸਤਿਗੁਰ ਸੇਵ ਹੋ ਮੈਂ ਮਲ ਜਾਈ। ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆ ਕਰੋ, ਇਸ ਤਰ੍ਹਾਂ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਅੰਦਰ ਸੰਸਾਰ ਦੁੱਖ ਵਿਆਪੇ, ਸਿਰ ਧੰਦਾ ਨਿਤ ਮਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਅਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ। ਉਹਨਾਂ ਦੇ ਸਿਰ ਉੱਤੇ ਇਹੋ ਜਿਹਾ ਕੱਜਿਆ ਖਪਾਣਾ ਬਣਿਆ ਰਹਿੰਦਾ ਹੈ। ਦੂਜੇ ਪਾਏ ਸੁੱਤੇ ਕਬਹੂ ਨਾ ਜਾਗੇ ਹੈ, ਮਾਇਆ ਮੋਹ ਪਿਆਰ। ਮਾਇਆ ਦੇ ਪਿਆਰ ਵਿੱਚ ਫਸ ਕੇ ਉਹ ਸਹੀ ਜੀਵਨ ਵੱਲੋਂ ਸੁੱਤੇ ਰਹਿੰਦੇ ਹਨ, ਕਦੇ ਹੋਸ਼ ਨਹੀਂ ਕਰਦੇ।
ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹੋ ਮਨ ਕਾ ਵਿਚਾਰ। ਮਾਇਆ ਦੇ ਮੋਹ ਦਾ ਪਿਆਰ ਇੰਨਾ ਪ੍ਰਬਲ ਹੁੰਦਾ ਹੈ ਕਿ ਉਹ ਕਦੇ ਹਰ ਨਾਮ ਨਹੀਂ ਸਿਮਰਦੇ, ਸਿਰ ਸਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ। ਬਸ ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਉਹਨਾਂ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ। ਆਤਮਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ ਮੁਕਾ ਕੇ ਉਹਨਾਂ ਨੂੰ ਖੁਆਰ ਕਰਦੀ ਹੈ। ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ੀਅਨ, ਸੋ ਸੱਚਾ ਸਾਹੋ। ਹੇ ਭਾਈ, ਪ੍ਰਭੂ ਦੀ ਭਗਤੀ ਸਦਾ ਕਾਇਮ ਰਹਿਣ ਵਾਲਾ ਧਨ ਹੈ। ਜਿਸ ਮਨੁੱਖ ਨੂੰ ਪਰਮਾਤਮਾ ਨੇ ਭਗਤੀ ਦੀ ਦਾਤ ਬਖਸ਼ੀ, ਉਹ ਸਦਾ ਲਈ ਸ਼ਾਹੂਕਾਰ ਬਣ ਗਿਆ। ਤਿਸ ਕੀ ਮੁਹਤਾਜੀ ਲੋਕ ਕੱਢਦਾ, ਔਰਤ ਹੱਟ ਨਾ ਵੱਥ ਨਾ ਵੇਸਾ ਹੋ। ਸਾਰਾ ਹੀ ਜਗਤ ਉਸਦੇ ਦਰ ਦਾ ਅਰਥੀਆ ਬਣਦਾ ਹੈ, ਕਿਉਂਕਿ ਕਿਸੇ ਹੋਰ ਹੱਟ ਵਿੱਚ ਨਾ ਇਹ ਸੌਦਾ ਹੁੰਦਾ ਹੈ ਨਾ ਇਸਦਾ ਵਣਜ ਹੁੰਦਾ ਹੈ। ਭਗਤ ਜਨਾ ਕੋ ਸਨਮੁਖ ਹੋਵੇ, ਸੋ ਹਰ ਰਾਸ ਲਏ ਵੇ ਮੁੱਖ ਭਸ ਪਾਹੋ। ਜਿਹੜਾ ਮਨੁੱਖ ਭਗਤ ਜਨਾ ਵੱਲ ਆਪਣਾ ਮੂੰਹ ਰੱਖਦਾ ਹੈ ਉਸਨੂੰ ਇਹ ਸਰਮਾਇਆ ਮਿਲ ਜਾਂਦਾ ਹੈ, ਪਰ ਭਗਤ ਜਨਾ ਵੱਲੋਂ ਮੂੰਹ ਮੋੜਨ ਵਾਲੇ ਦੇ ਸਿਰ ਸੁਆਹੀ ਪੈਂਦੀ ਹੈ। ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ, ਜਮ ਜਾਗਾਤੀ ਤਿਨਾ ਨੇੜ ਨਾ ਜਾਹੋ। ਹੇ ਭਾਈ, ਪ੍ਰਭੂ ਦੇ ਭਗਤ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ, ਜਮ ਮਸੂਲੀਆ ਉਹਨਾਂ ਦੇ ਨੇੜੇ ਵੀ ਨਹੀਂ ਟੁੱਕਦਾ। ਜਨ ਨਾਨਕ ਹਰ ਨਾਮ ਧਨ ਲੱਦਿਆ, ਸਦਾ ਵੇ ਪਰਵਾਹੋ। ਦਾਸ ਨਾਨਕ ਨੇ ਵੀ ਪ੍ਰਭੂ ਦੇ ਨਾਮ ਧਨ ਦਾ ਸੌਦਾ ਲੱਦਿਆ ਹੈ, ਇਸ ਲਈ ਦੁਨੀਆ ਦੇ ਧਨ ਵੱਲੋਂ ਬੇਮੁਥਾਜ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।